ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਗਿਲਜ ਮੈਂਟਰ ਦੇ ਅਫੀਸ਼ੀਅਲ YouTube ਚੈਨਲ ਤੇ ਔਰ ਮੈਨੂੰ ਉਮੀਦ ਹੈ ਤੁਸੀਂ ਜਿੱਥੇ ਵੀ ਹੋਵੋਗੇ ਠੀਕ-ਠਾਕ ਹੋਵੋਗੇ ਪੰਜਾਬ ਦੇ ਵਿੱਚ ਵੈਕੈਂਸੀਸ ਆਊਟ ਹੋਈਆਂ ਨੇ ਕੋਰਸ এমਪਲੋਇਮੈਂਟ ਕੁਝ ਨਿਊਜ਼ ਹੈ ਤੁਹਾਡੇ ਤੱਕ ਪੂਰੀ ਜਾਣਕਾਰੀ ਮੈਂ ਸਾਂਝੀ ਕਰਾਂਗਾ ਕਿ ਕੌਣ-ਕੌਣ ਫਾਰਮ ਭਰ ਸਕਦਾ ਵਾ ਕਿ ਕੀ ਐਲੀਜੀਬਿਲਿਟੀ ਰੱਖੀ ਗਈ ਹੈ ਤੁਹਾਡਾ ਸਿਲੈਕਸ਼ਨ ਕਿੱਦਾਂ ਹੋਏਗਾ ਤੁਸੀਂ ਫਾਰਮ ਕਿੱਦਾਂ ਭਰ ਸਕਦੇ ਹੋ ਪੂਰੀ ਜਾਣਕਾਰੀ ਡਿਟੇਲ ਵਾਈਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਜੇਕਰ ਤੁਸੀਂ ਚਾਹੋ ਨੇ ਤੁਹਾਡੇ ਤੱਕ ਇਦਾਂ ਹੀ ਸਰਕਾਰੀ ਅਸਾਮੀਆਂ ਲੇਟੈਸਟ ਜਾਣਕਾਰੀ ਪੇਪਰ ਦੇ ਸਬੰਧ ਸਲੇਬਸ ਦੇ ਸਬੰਧ ਇੰਪੋਰਟੈਂਟ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤਾਂ ਤੁਸੀਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਡਿਸਕ੍ਰਿਪਸ਼ਨ ਬਾਕਸ ਦਿੱਤੇ ਹੈ ਕਿ ਸਾਡੀ ਇੰਸਟਾਗ੍ਰam ਟੈਲੀਗ੍ਰam ਵਟਸਐਪ ਤੇ ਕਲਿੱਕ ਕਰਕੇ ਜੁੜ ਸਕਦੇ ਹੋ ਜਿੱਥੇ ਇੰਪੋਰਟੈਂਟ ਅਪਡੇਟਸ ਔਰ ਮੈਗਜ਼ੀਨ ਤੁਹਾਨੂੰ ਸਭ ਤੋਂ ਪਹਿਲਾਂ ਸ਼ੇਅਰ ਕੀਤੀਆਂ ਜਾ ਰਹੀਆਂ ਜੇ ਤੁਸੀਂ ਪੰਜਾਬ ਗਵਰਨਮੈਂਟ ਦੇ ਸਾਰੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਖਾਸ ਤੌਰ ਤੇ ਪੰਜਾਬ ਪਟਵਾਰੀ ਜੋ ਕਿ ਫਰਵਰੀ ਦੇ ਵਿੱਚ ਔਰ ਆਪਣੀ ਤਿਆਰੀ ਨੂੰ ਬਿਲਕੁਲ ਵੀ ਛੱਡੋ ਨਾ ਔਰ ਇਹਦੇ ਸਬੰਧ ਵਿੱਚ ਮੌਕ ਟੈਸਟ ਸੀਰੀਜ਼ ਸੈਕਸ਼ਨਲ ਟੈਸਟ ਈ-ਬੁਕਸ ਜਾਂ ਪੀਡੀਫਸ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੀ ਆਫੀਸ਼ੀਅਲ ਵੈਬਸਾਈਟ www.giljmentortest.com ਤੇ ਵਿਜ਼ਿਟ ਕਰੋ ਉੱਤੇ ਤੁਹਾਨੂੰ ਅਨਲਿमिटेड ਮੌਕ ਟੈਸਟ ਔਰ ਸੀਰੀਜ਼ ਮਿਲ ਜਾਏਗੀ ਦੋਸਤੋ ਸਭ ਤੋਂ ਪਹਿਲਾ ਨੋਟੀਫਿਕੇਸ਼ਨ ਹੈ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਜਲੰਧਰ ਵਿਖੇ ਨੋਟੀਫਿਕੇਸ਼ਨ ਆਊਟ ਹੋਇਆ ਹੈ ਫਾਰਮ ਭਰਨ ਦੀ ਅਖੀਰਲੀ ਮਿਤੀ 17 ਫਰਵਰੀ ਹੈ ਇੱਥੇ ਕੀ ਪ੍ਰੋਸੈਸ ਸਰਵਰ ਦੀ ਇੱਕ ਪੋਸਟ ਹੈ ਜਨਰਲ ਕੈਟਾਗਰੀ ਲਈ ਜਿਦੀ ਕੀ ਸੈਲਰੀ ਹੈਗੀ ਹੈ ਤੁਹਾਨੂੰ ਦੱਸਣਾ ਚਾਹਾਂਗਾ ਗ੍ਰੇਡ ਪੇ ਹੈ ਉਹ 1650 ਰੁਪਏ ਦੇ ਮੁਤਾਬਿਕ 10680 ਰੁਪਏ ਦਿੱਤੇ ਜਾਣਗੇ ਕੈਂਡੀਡੇਟ ਕੋਲੇ 10ਵੀਂ ਜਮਾਤ ਪਾਸ ਕੀਤੀ ਹੋਣੀ ਲਾਜ਼ਮੀ ਹੈ ਤੇ ਪੰਜਾਬੀ ਪਾਸ ਹੋਣੀ ਲਾਜ਼ਮੀ ਹੈ ਇਹਦੇ ਨਾਲ ਨਾਲ ਦੱਸਣਾ ਚਾਹਾਂਗਾ ਕਿ 18 ਤੋਂ ਲੈ ਕੇ 35 ਸਾਲ ਤੱਕ ਦੀ ਉਮਰ ਰੱਖੀ ਗਈ ਹੈ ਪੀਐਨ ਇਨਕਲੂਡਿੰਗ ਪੀਐਨ ਔਰ ਇਸ ਤੋਂ ਇਲਾਵਾ ਵਾਟਰਮੈਨ ਦੇ ਰੱਖਿਆ ਇਹਨਾਂ ਨੇ ਔਰ ਚੌਕੀਦਾਰ ਦੇ ਰੱਖਿਆ ਮਾਲੀ ਦੇ ਰੱਖਿਆ ਟੋਟਲ 7 ਪੋਸਟਾਂ ਨੇ ਇਹਦੇ ਚ ਇਹਨਾਂ ਨੇ ਕੈਟਾਗਰੀ ਵਾਈਜ਼ ਜਿਵੇਂ ਜਨਰਲ ਦੀਆਂ 4 ਪੋਸਟ ਹੈ ਬੀਸੀ ਦੀ 1 ਪੋਸਟ ਐਕ ਸਰਵਿਸਮੈਨ ਦੀਆਂ 2 18 ਤੋਂ ਲੈ ਕੇ 35 ਸਾਲ ਤੱਕ ਦੀ ਉਮਰ ਰੱਖੀ ਗਈ ਹੈ ਔਰ ਤੁਹਾਡੇ ਕੋਲੇ ਕਟੋ-ਕਟ ਪੰਜਾਬੀ ਪਾਸ ਸਹੀ ਤੇ ਮਿਡਲ ਕਲਾਸ ਪਾਸ ਕੀਤੀ ਹੋਣੀ ਲਾਜ਼ਮੀ ਮਤਲਬ 8ਵੀਂ ਕਲਾਸ ਪਾਸ ਹੋਣੀ ਲਾਜ਼ਮੀ ਹੈ ਤਾਂ ਦੋਸਤੋ ਤੁਸੀਂ ਜਿੰਨੇ ਵੀ ਸਟੂਡੈਂਟਸ ਨੂੰ ਖਾਸ ਤੌਰ ਤੇ ਤੁਹਾਡੀ ਕਟੋ-ਕਟ ਗ੍ਰੈਜੂਏਸ਼ਨ ਜ਼ਰੂਰ ਕੀਤੀ ਹੋਈ ਹੈ ਪਰ ਮੈਨੂੰ ਉਮੀਦ ਹੈ ਤੁਸੀਂ ਭਰ ਵੀ ਸਕਦੇ ਹੋ ਬਟ ਕੋਈ ਨਾ ਕੋਈ ਤੁਹਾਡਾ ਰਿਲੇਟਿਵ ਜਾਂ ਕੋਈ ਨਾ ਕੋਈ ਐਦਾਂ ਦਾ ਜ਼ਰੂਰ ਹੋਏਗਾ ਕਿ ਜੋ ਇੱਥੇ ਡਿਜ਼ਰਵ ਕਰਦਾ ਹੈ ਪਰ ਨਾ ਪਲੀਜ਼ ਉਸ ਤੱਕ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਇਸ ਦੇ ਸਬੰਧ ਵਿੱਚ ਇਹਨਾਂ ਨੇ ਕੋਈ ਵੀ ਲਿਖਤੀ ਪੇਪਰ ਨਹੀਂ ਲੈਣਾ ਹੈ ਡਾਇਰੈਕਟ ਇੱਥੇ ਇੰਟਰਵਿਊ ਦੇ ਜਰੀਏ ਭਰਤੀ ਕੀਤੀ ਜਾਏਗੀ ਦੱਸਣਾ ਚਾਹਾਂਗਾ ਕਿ ਇਹਨਾਂ ਨੇ ਕੁਝ ਇੱਥੇ ਕੈਟੇਗਰੀਜ਼ ਬਣਾਇਆ ਹੈ ਜਿਵੇਂ ਪ੍ਰੋਸੈਸ ਸਰਵਰ ਦੀ ਗੱਲ ਹੈ ਜਿਨ੍ਹਾਂ ਦੇ ਨਾਮ A ਤੋਂ ਲੈ ਕੇ Z ਤੱਕ ਨੇ 24 ਫਰਵਰੀ ਨੂੰ ਇੰਟਰਵਿਊ ਹੋਏਗਾ ਪੀ ਐਨ ਠੀਕ ਹੈ ਜਿਹਦੇ ਵਿੱਚ ਕਿ ਇਹਨਾਂ ਨੇ ਦੋ ਤਿੰਨ ਤਰੀਕੇ ਦੀਆਂ ਪੋਸਟਾਂ ਪਾਈਆਂ ਹੈਗੀਆਂ ਇਹਨਾਂ ਦੇ ਵਿੱਚ ਇਹਨਾਂ ਨੇ ਵੱਖਰਾ ਵੱਖਰਾ ਬਣਾਇਆ ਜਿਵੇਂ ਕਿ A ਤੋਂ ਲੈ ਕੇ F ਤੱਕ ਦਾ 25 ਤਰੀਕ ਨੂੰ ਹੈ ਜੀ ਤੋਂ ਲੈ ਕੇ ਐਲ ਤੱਕ ਦਾ ਨਾਮ ਹੋਏਗਾ 26 ਤਰੀਕ ਨੂੰ ਹੈ ਐਮ ਤੋਂ ਕਿਊ ਤੱਕ ਦਾ 27 ਤਰੀਕ ਨੂੰ ਹੈ ਆਰ ਅਤੇ ਐਸ ਤੱਕ ਦੇ ਨਾਮ ਦਾ 28 ਤਰੀਕ ਨੂੰ ਇੰਟਰੂ ਹੋਏਗਾ ਤੇ ਟੀ ਤथा ਜੈਡ ਤੱਕ ਦਾ 29 ਤਰੀਕ ਨੂੰ ਇੰਟਰੂ ਹੋਏਗਾ ਦੋਸਤੋ ਇਹਦੇ ਸਬੰਧ ਵਿੱਚ ਤੁਸੀਂ ਕਰਨਾ ਕੀ ਹੈ ਇੱਕ ਪਲੇਨ ਪੇਪਰ ਤੇ ਐਪਲੀਕੇਸ਼ਨ ਫਾਰਮ ਭਰਨਾ ਵਾ ਤੁਹਾਡੀ ਡਿਟੇਲ ਭਰ ਕੇ ਤੁਸੀਂ ਸਬਮਿਟ ਕਰਨੀ ਹੈ ਜਿਹਦੇ ਸਬੰਧ ਵਿੱਚ ਮੈਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਾਰੀ ਜਾਣਕਾਰੀ ਦੱਸ ਦਵਾਂਗਾ ਇਹ ਦੇਖ ਸਕਦੇ ਹੋ ਇਦਾਂ ਦਾ ਪੂਰਾ ਫਾਰਮ ਹੋਏਗਾ ਇਸ ਪੂਰੇ ਫਾਰਮ ਨੂੰ ਮੈਂ ਤੁਹਾਨੂੰ ਕਮੈਂਟ ਬਾਕਸ ਅਟੈਚ ਕਰ ਦਾਂਗਾ ਜਿੱਥੋਂ ਤੁਸੀਂ इजीली ਡਾਊਨਲੋਡ ਕਰਕੇ ਔਰ ਆਪਣਾ ਫਾਰਮ ਭਰ ਕੇ ਦੇ ਸਕਦੇ ਹੋ ਜਿਵੇਂ ਕਿ ਨੇਮ ਹੈ ਫਿਰ ਫਾਦਰ ਨੇਮ ਹੈ ਇੱਥੇ ਤੁਸੀਂ ਆਪਣੀ ਫੋਟੋ ਲਾਉਣੀ ਹੈ ਡੇਟ ਆਫ ਬਰਥ ਲਿਖਣੀ ਹੈ ਕੈਟਾਗਰੀ ਇਸ ਕਿਹੜੀ ਕੈਟਾਗਰੀ ਚ ਬਿਲੋਂਗ ਕਰਦੇ ਹੋ ਨੈਸ਼ਨੈਟੀ ਤੁਹਾਡੀ ਇੰਡੀਅਨ ਹੋਗੀ ਕਮਿਊਨੀਕੇਸ਼ਨ ਐਡਰੈਸ ਤੁਹਾਡਾ ਪਤਾ ਲਿਖਣਾ ਹੈ ਕੰਟੈਕਟ ਨੰਬਰ ਲਿਖਣਾ ਹੈ ਠੀਕ ਹੈ ਫਿਰ ਇੱਥੇ ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਪੰਜਾਬੀ ਆ ਹਿੰਦੀ ਪਾਸ ਹੋ ਤਾਂ ਪੰਜਾਬੀ ਲਈ ਟਿਕ ਕਰੋ ਠੀਕ ਹੈ ਇਹਨਾਂ ਨੇ ਪੁੱਛਿਆ ਕਿ ਮਿਡਲ ਤੋਂ ਉੱਪਰੋਂ ਤਾਂ ਤੁਸੀਂ ਟਿਕ ਕਰਨਾ ਹੈ ਫਿਰ ਤੁਹਾਡੀ ਕੁਆਲਿਫਿਕੇਸ਼ਨ ਬਾਰੇ ਵੀ ਤੁਸੀਂ ਕਿੱਥੋਂ ਕੀਤੀ ਹੈ ਕਿਹੜੇ ਸਾਲ ਪਾਸ ਕੀਤੀ ਹੈ ਤੁਹਾਡੇ ਮਾਰਕਸ ਕਿੰਨੇ ਨੇ ਟੋਟਲ ਕਿੰਨੇ ਮਾਰਕਸ ਆਏ ਟੋਟਲ ਕਿੰਨਾਂ ਚੋਂ ਪਰਸੈਂਟੇਜ ਕਿੰਨੇ ਹੈ ਠੀਕ ਹੈ ਸਪੈਸ਼ਲ ਸਕਿੱਲ ਤੁਹਾਡੇ ਚ ਕੀ ਸਪੈਸ਼ਲਿਟੀ ਹੈ ਇਸ ਤੋਂ ਇਲਾਵਾ ਵੀ ਮੰਨ ਲਓ ਜੇ ਤੁਸੀਂ 10ਵੀਂ ਕਲਾਸ ਕੀਤੀ ਹੈ ਕਈਆਂ ਨੂੰ ਕੰਪਿਊਟਰ ਦੇ ਵਿੱਚ ਸਪੈਸ਼ਲਿਸਟੀ ਹੁੰਦੀ ਹੈ ਠੀਕ ਹੈ ਇਸ ਤੋਂ ਇਲਾਵਾ ਕਈਆਂ ਨੇ ਆਲਰੇਡੀ ਕਿਤੇ ਕੰਟਰੈਕਟ ਬੇਸ ਤੇ ਕੰਮ ਕੀਤਾ ਤਾਂ ਤੁਸੀਂ ਪੂਰੀ ਡਿਟੇਲ ਇੱਥੇ ਲਿਖ ਸਕਦੇ ਹੋ ਠੀਕ ਹੈ ਯਾ ਇਹਦੇ ਨਾਲ ਜੇ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਸਰਟੀਫਿਕੇਟ ਹੈ ਤੇ ਇਸ ਫਾਰਮ ਦੇ ਨਾਲ ਲਾ ਕੇ ਵੀ ਭੇਜ ਸਕਦੇ ਹੋ ਔਰ ਇੱਥੇ ਤੁਸੀਂ ਲਿਖ ਸਕਦੇ ਹੋ ਕਿ ਇਹ ਇਹਦੇ ਸਬੰਧ ਦੇ ਵਿੱਚ ਮੈਂ ਆਪਣਾ ਤਜਰਬੇਦਾਰ ਜੋ ਪੱਤਰ ਹੈ ਉਹ ਲਾ ਕੇ ਭੇਜ ਰਿਹਾ ਮਾਂ ਠੀਕ ਹੈ ਔਰ ਇਥੇ ਡਿਕਲੇਰੇਸ਼ਨ ਦੇ ਸਬੰਧ ਵਿੱਚ ਥੱਲੇ ਡੇਟ ਅਤੇ ਤੁਸੀਂ ਜਗ੍ਹਾ ਦਾ ਨਾਮ ਪਾ ਕੇ ਔਰ ਇਹ ਪੂਰਾ ਪੱਤਰ ਹੈ ਬਿਨਾ ਕਿਸੇ ਫਾਰਮ ਫੀਸ ਤੋਂ ਭੇਜਣਾ ਹੋਏਗਾ ਹੁਣ ਮੈਂ ਤੁਹਾਨੂੰ ਦੂਜਾ ਇੱਕ ਹੋਰ ਦਿਖਾਉਣਾ ਹੈ ਨੋਟੀਫਿਕੇਸ਼ਨ ਉਹਦੇ ਚ ਦੇਖਦ ਨੇ ਉਹ ਕਿਥੋਂ ਦੀਆਂ ਭਰਤੀਆਂ ਨੇ ਦੋਸਤੋ ਇੱਕ ਹੋਰ ਨੋਟੀਫਿਕੇਸ਼ਨ ਹੈ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਫਤਿਹਗੜ ਸਾਹਿਬ ਵਿਖੇ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਵਾ ਇੱਥੇ ਫਾਰਮ ਭਰਨ ਦੀ ਅਖੀਰਲੀ ਮਿਤੀ ਹੈਗੀ ਹੈ 20 ਫਰਵਰੀ 2020 ਰੱਖੀ ਗਈ ਹੈ ਪੀਐਨ ਦੀਆਂ 4 ਪੋਸਟ ਤੁਹਾਨੂੰ ਬਿਲਕੁਲ ਥੱਸਿਆ ਹੋਇਆ ਹੈ ਕਿ ਤੁਹਾਡੀ ਸੈਲਰੀ ਐਸ ਪਰ ਦਾ ਰੂਲ ਰਹੇਗੀ ਮੀਡਲ ਕਲਾਸ ਦੇ ਨਾਲ-ਨਾਲ ਪੰਜਾਬੀ ਪਾਸ ਕੀਤੀ ਹੋਣੀ ਲਾਜ਼ਮੀ ਹੈ 18 ਤੋਂ ਲੈ ਕੇ 35 ਸਾਲ ਤੱਕ ਦੀ ਉਮਰ ਰੱਖੀ ਗਈ ਹੈ ਬਾਕੀ ਜਿਹੜੀ ਉਮਰ 'ਚ ਛੂਟ ਮਿਲਦੀ ਹੈ ਹਨਰੇਬਲ ਹਾਈ ਕੋਰਟ ਦੁਆਰਾ ਜੋ ਗਵਰਨਮੈਂਟ ਆਫ ਪੰਜਾਬ ਦੁਆਰਾ ਉਹ ਬਿਲਕੁਲ ਸੇਮ ਰਹੇਗੀ ਪ੍ਰੋਸੈਸ ਸਰਵਰ ਦੀ ਇੱਕ ਪੋਸਟ ਹੈ ਜਿਹਦੇ 'ਚ ਇੱਕ ਪੋਸਟ ਐਸਸੀ ਲਈ ਹੈ ਫਾਰਮ ਭਰ ਸਕਦੇ ਹੋ ਇਹਦੇ ਨਾਲ-ਨਾਲ ਦੱਸਣਾ ਚਾਹੁੰਨਾ ਆ ਕਿ ਇਹਨਾਂ ਨੇ ਇੱਥੇ ਕੀ ਤੁਹਾਡੇ ਤੋਂ ਮੈਟ੍ਰਿਕਿਉਲੇਸ਼ਨ 10ਵੀਂ ਕਲਾਸ ਦੇ ਨਾਲ-ਨਾਲ ਪੰਜਾਬੀ ਪਾਸ ਕੀਤੀ ਮੰਗੀ ਗਈ ਹੈ ਮਾਲੀ ਦੀਆਂ 4 ਪੋਸਟਾਂ ਨੇ ਜਿਹਦੇ ਵਿੱਚ ਤੁਹਾਡੇ ਕੋਲੇ 8ਵੀਂ ਜਮਾਤ ਦੇ ਨਾਲ ਨਾਲ ਪੰਜਾਬੀ ਪਾਸ ਕੀਤਾ ਹੋਣਾ ਤੇ ਘੱਟੋ-ਘੱਟ 1 ਸਾਲ ਦਾ ਮਾਲੀ ਕਰਨ ਮਾਲੀ ਪੁਨੇ ਕਰਨ ਦਾ ਤਜਰਬਾ ਤੁਹਾਡੇ ਕੋਲੇ ਹੋਣਾ ਲਾਜ਼ਮੀ ਹੈ। ਔਰ ਇਹ ਤਜਰਬਾ ਤੁਹਾਨੂੰ ਕਾਗਜ਼ੀ ਰਾਹੀਂ ਦਿਖਾਣਾ ਪਏਗਾ ਕਿਸੇ ਵੀ ਆਰਗੇਨਾਈਜੇਸ਼ਨ ਦੇ ਨਾਲ ਹੈ ਜਾਂ ਕਿਸੇ ਵੀ ਕੰਪਨੀ ਦੇ ਨਾਲ ਕੀਤਾ ਆ। ਯਾਦ ਰੱਖਣਾ ਹੈ ਕਿ ਫਾਰਮ ਤੁਸੀਂ 20 ਫਰਵਰੀ ਤੋਂ ਪਹਿਲਾਂ-ਪਹਿਲਾਂ ਪਹੁੰਚਾਉਣੇ ਆ। ਫਾਰਮ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਫੀਸ ਕੋਈ ਡਿਮਾਂਡ ਡਰਾਫਟ ਕੁਝ ਨਹੀਂ ਭੇਜਣਾ। ਆਪਣੇ ਜਿੰਨੇ ਵੀ ਸਰਟੀਫਿਕੇਟਸ ਨੇ ਠੀਕ ਹੈ। ਉਹਨਾਂ ਸਰਟੀਫਿਕੇਟਸ ਨੂੰ ਲਾ ਕੇ ਤੁਸੀਂ ਭੇਜਣਾ ਹੋਵੇਗਾ ਯਾਦ ਰੱਖਣਾ ਹੈ ਮੇਰੇ ਸ਼ੁਭਚਿੰਤ ਕੋ ਇੱਥੇ ਇਹਨਾਂ ਨੇ ਪ੍ਰੋਪਰ ਤਰੀਕੇ স্ক্রিনਸ਼ਾਟ ਲੈ ਸਕਦੇ ਹੋ ਸੇਮ ਪ੍ਰੋਸੈਸ ਰਹੇਗਾ ਸਿਲੈਕਸ਼ਨ ਦਾ ਤੁਹਾਡਾ ਇੰਟਰਵਿਊ ਲਿਆ ਜਾਏਗਾ ਬਿਨਾ ਕਿਸੇ ਲਿਖਤੀ ਪੇਪਰ ਤੋਂ ਤੁਹਾਨੂੰ ਇੱਥੇ ਕਾਲ ਕੀਤਾ ਜਾਏਗਾ ਠੀਕ ਹੈ ਔਰ ਫਾਰਮ ਭਰਨ ਦੀ ਅਖੀਰਲੀ ਮਿਤੀ ਵਾਪਸ ਤੋਂ ਦੱਸਣਾ ਚਾਹਾਂਗਾ 20 ਫਰਵਰੀ ਹੀ ਹੀ ਰਹੇਗੀ ਸੇਮ ਫਾਰਮ ਹੋਏਗਾ ਇਸ ਫਾਰਮ ਨੂੰ ਮੈਂ ਤੁਹਾਨੂੰ ਅਟੈਚ ਕਰ ਦਾਂਗਾ ਫੋਰਮ ਤੁਸੀਂ ਭੇਜਣਾ ਹੈ ਦੋਸਤੋ ਇਹ ਇੰਪੋਰਟੈਂਟ ਜਾਣਕਾਰੀ ਸਿਗੀ ਮੈਨੂੰ ਉਮੀਦ ਹੈ ਪੂਰਨ ਤੌਰ ਤੇ ਤੁਹਾਨੂੰ ਸਮਝ ਆ ਗਈ ਹੋਏਗੀ ਤੁਸੀਂ ਆਪਣਾ ਬੇਸ਼ਕੀਮਤੀ ਸਮਾਂ ਦਿੱਤਾ ਮੈਂ ਇਸ ਲਈ ਤੁਹਾਡਾ ਸ਼ੁਕਰੀਆ ਕਰਾਂਗਾ ਥੈਂਕ ਯੂ ਸੋ ਮੱਚ ਗਾਇਸ ਮਿਲਦੇ ਹਾਂ ਫਿਰ ਨੈਕਸਟ ਐਪੀਸੋਡ ਤਦ ਤੱਕ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ